पाकिस्तानी एजेंसी ISI ने पठानकोट कैंट रेलवे स्टेशन अते पठानकोट रेलवे स्टेशन नूं उड़ान दीआं धमकीआं दित्तीआं ने, जिस दे चलदे एक लैटर भी इशू कर दित्ता गया है। फिलहाल पुलिस ने इस मामले नूं लैके सिक्योरिटी वधा दित्ती है। दस दईए कि GRP पठानकोट ने अपने अधिकारियों नूं दिशा निर्देश दित्ते ने पठानकोट कैंट रेलवे स्टेशन अते पठानकोट रेलवे स्टेशन ते पईआं लवारस चीजां ते ध्यान रखण नूं कहा है। जानकारी दिंदे होए रेलवे दे सब इंस्पैक्टर ने दस्सिआ कि उन्हां नूं सूचना मिली है कि पठानकोट रेलवे स्टेशन ते किसी भी समय हमला हो सकदा है, जिस दे चलदे इह सारे सुरक्षा दे प्रबंध ਕੀਤੇ ਜਾ ਰਹੇ ਨੇ। ਪਠਾਨਕੋਟ ਅਤੇ ਜਿਹੜੀਆਂ ਨਾਲ ਚੌਂਕੀਆਂ ਨੇ ਦੀਨਾਨਗਰ, ਬਟਾਲਾ ਅਤੇ ਗੁਰਦਾਸਪੁਰ, ਅੱਗੇ ਵੀ ਸਾਡੇ ਸੁਰੱਖਿਆ ਇੰਤਜ਼ਾਮ ਮੁਕੰਮਲ ਸੀਗੇ, ਪੂਰੇ ਕਰਕੇ ਰੱਖੀ ਦੇ ਸੀਗੇ, ਪਰ ਸਾਡੇ ਅਫਸਰਾਂ ਬਾਲਾਤਰ ਅਫਸਰਾਂ ਨੂੰ ਹਦਾਇਤਾਂ ਆਈਆਂ ਵੀ ਇਹਦੀ ਚੌਕਸੀ ਹੋਰ ਵਧਾਈ ਜਾਵੇ, ਜਿਹੜੀ ਹੋਰ ਇਹਨਾਂ ਦੀ ਸਟੇਸ਼ਨਾਂ 'ਚ ਚੌਕਸੀ ਹੋਰ ਵਧਾਈ ਜਾ ਰਹੀ ਆ। ਉਸ ਇਹ ਵੀ ਜਿਹੜੇ ਰੇਲਵੇ ਸਟੇਸ਼ਨਾਂ ਦੀ ਸਿਕਿਉਰਿਟੀ ਜਿਹੜੀ ਆ ਉਹ ਟਾਈਟ ਕੀਤੀ ਜਾਵੇ, ਵੀ ਹਾਂ ਇਲੈਕਸ਼ਨਾਂ ਦੇ ਦਰਮਿਆਨ ਲੰਘ ਕੇ ਗਿਆ ਜਾਂ ਹੁਣ ਪਾਕਿਸਤਾਨ ਦਾ ਵੀ ਆਪਣਾ ਬਾਰਡਰ ਨਾਲ ਲੱਗਦਾ, ਇਸ ਕਰਕੇ ਜਿਹੜੀ ਸੁਰੱਖਿਆ ਹੋਰ ਵਧਾਈ ਜਾਣੀ ਚਾਹੀਦੀ ਆ। ਅਤੇ ਇਨਪੁਟ ਆਉਂਦੀ ਤਾਂ ਅਫਸਰਾਂ ਨੂੰ ਤਾਂ ਹੀ ਜਿਹੜੀ ਸਿਕਿਉਰਿਟੀ ਵਧਾਈ ਜਾਂਦੀ ISI ਵੱਲੋਂ ਆਈ। ਪਠਾਨਕੋਟ ਤੋਂ ਲਵਪ੍ਰੀਤ ਸਿੰਘ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI।